29 ਮਾਰਚ 2024 ਦਿਨ ਸ਼ੁੱਕਰਵਾਰ ਨੂੰ ਮਸ਼ਹੂਰ ਪਿੰਡ ਜਰਗ ਦੇ ਨਜ਼ਦੀਕੀ ਪਿੰਡ ਸਿਰਥਲਾ ਵਿਖੇ ਅੱਜ ਸਵੇਰੇ 3:30 ਵਜੇ ਪਿੰਡ ਸਿਰਥਲਾ ਦੇ ਇੱਕ ਗਰੀਬ ਪਰਿਵਾਰ ਦੀਆਂ ਮੁਹੱਲੇ ਵਿੱਚ ਰਹਿੰਦੇ ਅਵਾਰਾ ਕੁੱਤਿਆਂ ਨੂੰ ਕੁਝ ਨਸ਼ੀਲਾ ਪਦਾਰਥ ਪਾ ਕੇ ਬੱਕਰੀਆਂ ਚੋਰੀ ਹੋਣ ਦੀ ਜਿਹੜੀ ਸੂਚਨਾ ਉਹ ਪ੍ਰਾਪਤ ਹੋਈ ਆ। ਸੋ ਤੁਸੀਂ ਵੇਖ ਸਕਦੇ ਹੋ ਮੌਕੇ ਦੀਆਂ ਕੁਝ ਤਸਵੀਰਾਂ ਜਿੱਥੇ ਪਰਿਵਾਰ ਦੇ ਦੱਸਣ ਮੁਤਾਬਕ ਇਹ ਵਾਰਦਾਤ ਹੋਈ। ਸੋ ਪੀੜਤ ਪਰਿਵਾਰ ਨੇ ਕੀ ਕਿਹਾ, ਆਓ ਸੁਣਦੇ ਹਾਂ ਇਸ ਘਟਨਾ ਬਾਰੇ। ਹਾਂਜੀ ਵੀਰ ਜੀ, ਇਹ ਕਿਵੇਂ ਹੋਇਆ ਇਹ ਬੱਕਰੀਆਂ ਵਾਲਾ ਜਿਹੜਾ ਆਪਣੇ ਤੁਹਾਡਾ ਰਾਤ ਜਿਹੜੀਆਂ ਚੋਰੀ ਹੋਈਆਂ ਨੇ, ਇਹ ਕਿਵੇਂ ਹੋਇਆ ਇਹ ਸਾਰਾ ਦੱਸਿਓ ਤਾਂ ਮਾੜਾ ਜਿਹਾ। ਵੀਰ ਜੀ, 3:30 ਵਜੇ ਦੀ ਵਾਰਦਾਤ ਹੋਈ ਹੈ ਜੀ ਇਹ। ਸਵੇਰ ਦੀ? ਹਾਂ ਜੀ, ਸਵੇਰ ਦੀ 3:30 ਵਜੇ ਦੀ। ਅੱਛਾ। ਹਾਂ ਜੀ, ਇਹ ਤੁਸੀਂ ਜਦੋਂ ਫਿਰ ਚੋਰੀ ਜਦੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ 3:30 ਵਜੇ ਦਾ ਟਾਈਮ ਸੀਗਾ? ਆ ਸਾਡਾ ਮੁੰਡਾ ਉੱਠਿਆ ਸੀਗਾ ਜੀ। ਹਾਂ ਜੀ, ਇਹਨੇ ਉੱਠ ਕੇ ਇਹਨੂੰ ਪਤਾ ਲੱਗਿਆ ਸੀਗਾ ਜਦੋਂ ਬੱਕਰੀ ਰੰਭੀ ਸਾਡੀ ਇੱਕ ਜੀ, ਕਿਹੜੀ ਉਰ ਆਈ ਆ ਇਸ ਟਾਈਮ। ਫਿਰ ਅਸੀਂ ਬੈੜਕ ਲੱਗ ਗਈ ਜੀ ਸਾਨੂੰ ਵੀ ਸਾਡੇ ਬੱਕਰੀਆਂ ਨੂੰ ਕੁਛ ਨਾ ਕੋਈ ਆ ਪਿਆ ਜੀ। ਅੱਛਾ। ਹਾਂ ਜੀ, ਜਦ ਨੂੰ ਉਹ ਸਮਝ ਲਓ ਵੀ ਲੈ ਕੇ ਭੱਜ ਗਏ ਸੀਗੇ ਜੀ, ਜਦ ਨੂੰ ਅਸੀਂ ਬਾਹਰੇ ਨਿਕਲੇ ਜੀ। ਜਦ ਨੂੰ ਤੁਸੀਂ ਉੱਠ ਖੜੇ ਸੀ? ਹਾਂ, ਉੱਠ ਖੜੇ ਸੀਗੇ ਜੀ। ਅੱਛਾ, ਕਿਹੜੀ ਗੱਡੀ ਸੀਗੀ ਜਿਹਦੇ ਵਿੱਚ? ਆਪਣੇ ਚਿੱਟੇ ਰੰਗ ਦੀ ਸਕਾਰਪੀਓ ਸੀਗੀ ਜੀ। ਇਹ ਵੀ ਦੇਖੀ ਤੁਸੀਂ? ਹਾਂ ਜੀ, ਇਹ ਵੀ ਦੇਖੀ ਆ ਜੀ। ਕਿੰਨੀਆਂ ਬੱਕਰੀ ਚੋਰੀ ਹੋਈਆਂ ਨੇ? ਵੀਰੇ ਸਾਡੀਆਂ 5 ਹੋ ਗਈਆਂ ਜੀ। ਅੱਛਾ, 5 ਬੱਕਰੀਆਂ ਚੋਰੀ ਹੋਈਆਂ? ਹਾਂ ਜੀ, ਹਾਂ ਜੀ। ਅੱਛਾ, ਜਿਵੇਂ ਆਪਣੇ ਆਮ ਦੇਖਿਆ ਜਾਂਦਾ ਪਿੰਡ ਦੇ ਵਿੱਚ ਜਿਹੜੇ ਆਪਣੇ ਪੇਂਡੂ ਕੁੱਤੇ ਹੁੰਦੇ ਨੇ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਅਵਾਰਾ ਕੁੱਤੇ ਫਿਰਦੇ ਹੁੰਦੇ ਨੇ, ਉਹਨਾਂ ਨੇ ਨੀ ਕੋਈ ਵਿੜਕ ਚਾਲ? ਨਾ ਜੀ, ਉਹਨਾਂ ਨੇ ਕੁਛ ਨੀ ਦਿੱਤੀ, ਕੁੱਤਿਆਂ ਨੂੰ ਕੁਛ ਪਾਇਆ ਸੀਗਾ। ਕੁੱਤੇ ਆਪਣੇ ਐਨ ਵਿੱਚ ਦਿੰਦੇ ਨੇ ਜੀ, ਕੈਮਰਾ ਚੈੱਕ ਕਰਿਆ ਸੀਗਾ ਜੀ, ਕੈਮਰੇ ਦੇ ਵਿੱਚ ਚੈਨ ਮੂਹਰੇ ਉਹ ਦਿੰਦੇ ਨੇ ਖਾਂਦੇ ਜੀ, ਉਹਨਾਂ ਨੂੰ ਕੁਛ ਪਾਇਆ ਸੀਗਾ ਜੀ। ਕੀ ਪਾਇਆ ਉਹਨੂੰ? ਕੀ ਦੇਖਿਆ? ਕੀ ਪਤਾ ਜੀ ਕੀ ਪਾਇਆ ਜੀ, ਕੋਈ ਪਤਾ ਨਹੀਂ। ਮੀਟ ਮੂਟ ਪਾਇਆ ਸੀਗਾ ਜੀ, ਮੀਟ ਪਕੌੜਾ? ਹਾਂ ਜੀ। ਅੱਛਾ, ਮੀਟ ਦੇ ਪਕੌੜੇ ਪਾਏ ਨੇ? ਹਾਂ ਜੀ, ਹਾਂ। ਹੈ ਨਸ਼ਿਆਲਾ ਕੁਛ ਪਾਇਆ ਹੈ ਜੀ ਵਿੱਚ ਦੇ ਨੂੰ? ਅੱਛਾ, ਸੁਣਨੇ ਕਰਦੇ। ਅੱਛਾ, ਕੁੱਤੇ ਸੁਣਨ ਹੋ ਗਏ ਉਹਦੇ ਨਾਲ? ਹਾਂ ਜੀ, ਹਾਂ। ਉਹ ਵੀ ਉਹ ਸਾਫ ਦਿੰਦੇ ਨੇ? ਹਾਂ ਜੀ। ਅੱਛਾ, ਉਹ ਜਾਣਦੀ ਜਿਵੇਂ ਆਪਾਂ ਕਹਿ ਦਈਏ ਕਿ ਭੌਂਕਦੇ ਭੌਂਕਦੇ ਨਹੀਂ ਹੈਗੇ? ਨਾ ਜੀ, ਨਾ ਕੁਛ ਨਹੀਂ ਭੌਂਕਦੇ। ਤੇ ਆਪਾਂ ਉਹਦੇ ਨੇ ਹਾਂ ਰਾਤ ਉਹਨਾਂ ਨੂੰ ਸਮਾਨ ਪਾਤਾ ਨਸ਼ੇ ਵਾਲਾ ਕੋਈ, ਹਾਂ ਤਾਂ ਜਮੇ ਸੁਣਨ ਹੋ ਗਏ। ਅੱਛਾ, ਦੇ ਲੋ ਜਣਦੀ ਆਪਣੇ ਕਿੰਨੇ ਦੀਆਂ ਦੀ ਬੱਕਰੀਆਂ ਇਹ? ਇਹ ਵੱਟੀ ਘੱਟੋ ਘੱਟ ਜੀ 2.5 ਲੱਖ ਦੇ ਲਵੇ ਲਾਉਣਾ ਠੀਕ ਆ ਜੀ। 2.5 ਲੱਖ ਦਾ ਜਾਂਦੀ ਹੈਗਾ ਸੀਗਾ? ਹਾਂ ਜੀ, ਹਾਂ ਜੀ, ਘੱਟੋ ਘੱਟ ਜੀ। 5 ਬੱਕਰੀਆਂ ਸੀਗੀਆਂ? ਹਾਂ ਜੀ, 5 ਬੱਕਰੀਆਂ ਸੀਗੀਆਂ ਜੀ। ਅੱਛਾ, ਇਹ ਤੁਹਾਨੂੰ ਕਿਵੇਂ ਲੱਗਦਾ ਫਿਰ ਇਹ ਕੋਈ ਜਿਵੇਂ ਆਪਾਂ ਗੱਲ ਕਰੀਏ ਕੋਈ ਭੇਤੀ ਦਾ ਕੰਮ ਤਾਂ ਨਹੀਂ ਹੋ ਸਕਦਾ? ਨਾ ਜੀ, ਇਹ ਕੁਛ ਨਹੀਂ ਅਜੇ ਪਤਾ ਲੱਗ ਸਕਦਾ ਹੈਗਾ ਜੀ। ਅੱਛਾ, ਵਿੱਚ ਬੰਦਾ ਭੇਤੀ ਹੈ ਕੋਈ? ਵਿੱਚ ਬੰਦਾ ਬੰਦਾ ਭੇਤੀ ਹੈ ਜੀ ਵਿੱਚ ਕੋਈ? ਹਾਂ, ਜਾਨੀ ਕਹਿ ਨਹੀਂ ਸਕਦੇ ਹੈਗੇ ਜੀ ਇਹ, ਕਿਉਂਕਿ ਜਲਦੀ। ਅੱਛਾ, ਉਹ ਇਹ ਜਿਹੜਾ ਕਮਰਾ ਜਿੱਥੇ ਹੈਗੀਆਂ ਸੀ ਬੱਕਰੀਆਂ, ਇਹ ਇੱਥੇ ਫਿਰ ਉਹ ਕੁੰਡਾ ਜਿੰਦਾ ਲੱਗਿਆ ਹੋਇਆ? ਹਾਂ ਜੀ, ਜਿੰਦਾ ਲੱਗਿਆ ਸੀਗਾ, ਜਿੰਦਾ ਤੋੜ ਕੇ ਲੈ ਕੇ ਗਏ ਨੇ। ਜਿੰਦਾ ਤੋੜ ਕੇ ਲੈ ਗਏ ਨੇ? ਹਾਂ ਜੀ, ਠੀਕ ਆ। ਹੋਰ ਵੀ ਇਹ ਜਿਵੇਂ ਆਪਾਂ ਸਿਰਥਲੇ ਪਿੰਡ ਦੇ ਵਿੱਚ ਗੱਲ ਕਰੀਏ, ਕੋਈ ਇਸ ਦੀਆਂ ਵਾਰਦਾਤ ਪਹਿਲਾਂ? ਹਾਂ ਜੀ, ਨਾ ਸਾਡੇ ਤਾਂ ਪਹਿਲੀ ਗਰੀ ਹੋਈ ਹੈ ਸਾਡੇ ਤਾਂ। ਸਾਡਾ ਫੰਗ ਵੀ ਨਹੀਂ ਹਿੱਲਿਆ ਜੀ ਕੋਈ। ਅੱਛਾ, ਹਾਂ ਜੀ, ਇਹ ਤਾਂ ਸਾਡਾ ਪਹਿਲੀ ਗਰੀ ਹੋਈ ਹੈ। ਮੋਟਰਸਾਈਕਲ ਵੀ ਬਾਹਰ ਖੜੇ ਰਹਿੰਦੇ ਨੇ। ਅੱਛਾ ਅੱਛਾ, ਬਾਕੀ ਤੁਸੀਂ ਫਿਰ ਹੁਣ ਪ੍ਰਸ਼ਾਸਨ ਕੋਲ ਆਪਣੀ ਕੋਈ ਦਰਜ ਕਰਵਾਈ ਹੈ? ਹਾਂ ਜੀ, ਹੁਣ ਸਰਪੰਚ ਸਾਹਿਬ ਆ ਰਹੇ ਨੇ, ਫਿਰ ਤੁਸੀਂ ਜਾਂਦੇ ਆ ਜੀ, ਕਰਾ ਕੇ ਆਉਂਦੇ ਜੀ ਰਿਪੋਰਟ। ਸਰਪੰਚ ਸਾਹਿਬ ਆ ਰਹੇ ਨੇ? ਹਾਂ ਜੀ। ਅੱਛਾ, ਹਾਂ ਜੀ, ਠੀਕ ਆ, ਠੀਕ ਆ। ਬਾਕੀ ਆਪਣੇ ਚਲੋ, ਅਸੀਂ ਆਸ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਹਾਂ ਕਿ ਵੀ ਇਸ ਵੱਲ ਧਿਆਨ ਦਿੱਤਾ ਜਾਵੇ, ਹੈ ਨਾ, ਗੌਰ ਕਰਕੇ। ਹੋ ਸਕਦਾ ਕਿਤਨਾ ਕਿਤੇ ਜੇਕਰ ਆਪਣਾ ਚਲੋ ਬੰਦੇ ਮਿਲਦੇ ਨੇ ਜਾਂ ਬੱਕਰੀਆਂ ਦੀ ਕੋਈ ਤਲਾਹ ਮਿਲਦੀ ਆ ਤਾਂ ਇਹ ਤੁਹਾਡੇ ਕੋਲ ਪਹੁੰਚਣ। ਬਾਕੀ ਕੋਈ ਜਿਵੇਂ ਆਪਣੇ ਪਿੰਡ ਦੇ ਵਿੱਚ ਕੈਮਰਾ ਕੁਮਰੇ ਲੱਗੇ ਹੁੰਦੇ ਨੇ ਅੱਜ ਕੱਲ੍ਹ? ਕੈਮਰੇ ਚੈੱਕ ਕਰੇ ਨੇ ਜੀ, ਕੈਮਰਿਆਂ 'ਚ ਕੁਛ ਨਹੀਂ ਆਇਆ ਹੈਗਾ ਜੀ।
ਅੱਛਾ ਕੈਮਰੇ ਜਾਣ ਦੀ ਆਪਣੇ ਇੱਕ ਦੋ ਹੀ ਹੋਣਗੇ ਮੈਨੂੰ ਲੱਗਦਾ ਕੈਮਰੇ ਕਈ ਗੱਡੀ ਗੱਡੀ ਆਉਂਦੀ ਆ ਜੀ ਗੱਡੀ ਆਉਂਦੀ ਜਾਂਦੀ ਜੀ ਚਲੋ ਠੀਕ ਆ ਜੀ ਅਸੀਂ ਆਪਣੇ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਕੇ ਪੂਰੀ ਗੌਰ ਕਰੂਗਾ ਫਿਰ 15 ਮਿੰਟ ਬਾਅਦ ਪੁਲਿਸ ਦੀ ਗੱਡੀ ਵੀ ਆ ਗਈ ਜਿਹੜੀ ਪੈਟਰੋਲਿੰਗ ਵਾਲੀ ਆ ਜੀ ਉਹਨਾਂ ਨੂੰ ਅਸੀਂ ਦੱਸਿਆ ਵੀ ਸਾਨੂੰ ਗੱਡੀ ਦਾ ਇੱਧਰ ਡਾਊਟ ਲੱਗਿਆ ਇੱਧਰ ਨੂੰ ਗਈ ਆ ਸੋੜੇ ਕੰਨੀ ਨੂੰ ਵੀ ਦੇਖੋ ਜੀ ਮਾੜਾ ਮੋਟਾ ਕੋਈ ਕਰਕੇ ਉਹਨਾਂ ਦੀ ਗੱਡੀ ਹੌਲੀ ਹੌਲੀ ਲੈ ਕੇ ਗਏ ਨੇ ਬਸ ਉਹ ਗਏ ਨੇ ਫਿਰ ਅਸੀਂ ਵੀ ਮੋਟਰਸਾਈਕਲ ਚੱਕ ਕੇ ਗਏ ਆ ਮਗਰ ਚਰਖੀ ਦੇ ਪੁਲ ਤੱਕ ਉਹ ਪੁਲਿਸ ਵਾਲੀ ਗੱਡੀ ਵੀ ਮਤਲਬ ਸਿੱਧ ਸਰ ਕੰਨੀ ਨੂੰ ਵਗ ਗਈ ਆ ਅੱਛਾ ਇਹ ਆਪਣੇ ਪੁਲਿਸ ਪ੍ਰਸ਼ਾਸਨ ਕਿੱਥੋਂ ਵਾਲੇ ਸੀਗੇ ਇਹ ਪਤਾ ਨਹੀਂ ਜਿਹੜੀ ਆ ਕਹਿੰਦੇ ਪੈਟਰੋਲਿੰਗ ਚੱਲੀ ਆ ਨਵੀਂ ਅੱਛਾ ਜਿਹੜੇ ਉਹ ਠੀਕ ਆ ਠੀਕ ਆ ਕੈਮਰੇ ਵਾਲੀ ਗੱਡੀ ਦੇਣੀ ਅੱਛਾ ਕੈਮਰੇ ਵਾਲੀ ਜਿਹੜੇ ਉਹ ਆਪਣੇ ਸਰਵੇ ਆਪਣੇ ਉਹ ਦੇਖ ਰੇਖ ਦੇ ਵਿੱਚ ਫਿਰ ਅੱਜ ਕਰਨ ਲੱਗੇ ਹੋਈਆਂ ਨੇ ਠੀਕ ਸੋ ਇਸ ਵਕਤ ਸਾਡੇ ਦਰਮਿਆਨ ਸਿਰਥਲਾ ਪਿੰਡ ਦੇ ਸਰਪੰਚ ਸਾਹਿਬ ਉਹ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਰਾਤ ਫਿਰ ਇੱਕ ਆਪਣੇ ਪਿੰਡ ਦੇ ਗਰੀਬ ਪਰਿਵਾਰ ਦੇ ਆਪਣੇ ਚੋਰੀ ਹੋਈ ਆ ਬੱਕਰੀਆਂ ਇਹਨਾਂ ਨੇ ਦੱਸਿਆ ਜਿਸ ਤਰ੍ਹਾਂ 5 ਬੱਕਰੀਆਂ ਚੋਰੀ ਹੋਈਆਂ ਨੇ ਇਹ ਪਰਿਵਾਰ ਦਾ ਗੁਜ਼ਾਰਾ ਵੀ ਉਹਨਾਂ ਬੱਕਰੀਆਂ ਸਿਰ 'ਤੇ ਚੱਲਦਾ ਸੀ ਕੀ ਕਹਿਣਾ ਚਾਹੁੰਦੇ ਹੋ ਇਹ ਪਿੰਡ ਦੇ ਵਿੱਚ ਜਿਹੜੀ ਵਾਰਦਾਤ ਹੋਈ ਹੈ ਜੀ ਬਹੁਤ ਮਾੜੀ ਗੱਲ ਹੋਈ ਨੇੜੇ ਕਰ ਲਓ ਮੈਂ ਕੋਲੇ ਹਾਂਜੀ ਬਹੁਤ ਮਾੜੀ ਗੱਲ ਹੋਈ ਹੈ ਵਿਚਾਰਾ ਗਰੀਬ ਪਰਿਵਾਰ ਆ ਅਤੇ ਆਪਣੇ ਬੱਚੇ ਬਹੁਤ ਇਹਨਾਂ ਬੱਕਰੀਆਂ ਸਿਰ 'ਤੇ ਪਾਲ ਰਿਹਾ ਸੀਗਾ ਜੀ ਹੋਰ ਨੇੜੇ ਕਰ ਵਿਚਾਰਾ ਸਪਰੇ ਦਾ ਕੰਮ ਕਰਦਾ ਹਾਂਜੀ ਹਾਂ ਅਤੇ ਦਿਨ ਰਾਤ ਭੱਜ ਨੱਠ ਕਰਦਾ ਇਹਨੂੰ ਹਾਂ ਅਤੇ ਤਕਰੀਬਨ 3:15 3:20 'ਤੇ ਬੰਦੇ ਦੱਸਦੇ ਨੇ ਆਏ ਨੇ ਕੈਮਰੇ ਵੀ ਚੈੱਕ ਕੀਤੇ ਨੇ 3:32 'ਤੇ ਉਹ ਲੈ ਕੇ ਬੱਕਰੀਆਂ ਸਰਪੰਚ ਸਾਹਿਬ ਗੱਲ ਕਰੀਏ ਆਪਣਾ ਸਿਰਥਲੇ ਪਿੰਡ ਦੇ ਵਿੱਚ ਇਸ ਤੋਂ ਪਹਿਲਾਂ ਤਾਂ ਨਹੀਂ ਕੋਈ ਜਿਵੇਂ ਆਪਣੇ ਕਹਿ ਦਈਏ ਕੋਈ ਨਾ ਇੱਦਾਂ ਦੀ ਕਦੇ ਕੋਈ ਗੱਲ ਅੱਛਾ ਹਾਂ ਕੋਈ ਜਿਵੇਂ ਆਪਾਂ ਕਹਿ ਡੰਗਰ ਚੋਰੀ ਜਾਂ ਕੋਈ ਉਹ ਪਹਿਲਾਂ ਤਾਂ ਕੋਈ ਹੋਈ ਨਹੀਂ ਹੈ ਨਾ ਕੋਈ ਗੱਲਬਾਤ ਨਹੀਂ ਹੋਈ ਹਾਂ ਇਹ ਤੁਹਾਨੂੰ ਕਿਵੇਂ ਲੱਗਦਾ ਕਿ ਕੋਈ ਇਹ ਭੇਤੀ ਦਾ ਵੀ ਕੰਮ ਹੋ ਸਕਦਾ ਵੀ ਜਿਵੇਂ ਭੇਤੀ ਵੀ ਕੰਮ ਹੋ ਸਕਦਾ ਜੀ ਕੋਈ ਬੰਦਾ ਪਹਿਲਾਂ ਰੈਕੀ ਕਰਦਾ ਹੋਵੇ 5-4 ਦਿਨ ਅੱਗੋਂ ਹਾਂ ਦੋ ਲੱਗਿਆ ਹਾਂਜੀ ਹਾਂ ਉਦੋਂ ਬਾਅਦ ਹੈ ਨਾ ਇਹ ਤਾਂ ਤਕਰੀਬਨ 3:30 ਵਜੇ ਵੈਸੇ ਉੱਠ ਵੀ ਖੜਦੇ ਨੇ ਬੰਦਿਆਂ ਨੇ ਹਾਂ ਇਹ ਦੱਸਦੇ ਨੇ ਜਿਵੇਂ ਵੀ ਉੱਠ ਵੀ ਖੜੇ ਤੀ ਫਿਰ ਉਸ ਤੋਂ ਜਿਹੜੀ ਕੀਤੀ ਜੀ ਉਹਨਾਂ ਨੇ ਮੰਨ ਲਓ ਜਦੋਂ ਉਹ ਗੱਡੀ ਲੈ ਕੇ ਨਿਕਲ ਗਏ ਜੀ ਬਾਕੀ ਹੁਣ ਤੁਹਾਡੇ ਵੱਲੋਂ ਕਿਸ ਤਰ੍ਹਾਂ ਕੋਈ ਕਾਰਵਾਈ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਤੁਸੀਂ ਆ ਕੇ ਦੇਖਦੇ ਆ ਮੌਕਾ ਜੀ ਠੀਕ ਆ ਤੇ ਬਾਕੀ ਦੇਖਦੇ ਹਾਂ ਕੀ ਕਰਨਾ ਚਲੋ ਗਰੀਬ ਬੰਦੇ ਦੀ ਮਦਦ ਵੀ ਕਰਾਂਗੇ ਕੁਛ ਨਾ ਕੁਛ ਹਾਂਜੀ ਹਾਂ ਇਹੀ ਜ਼ਰੂਰੀ ਆ ਕਿ ਚਲੋ ਕੁਛ ਨਾ ਕਿਵੇਂ ਨਾ ਕਿਵੇਂ ਹਨਾ ਹਾਂਜੀ ਹਾਂਜੀ ਜਾਂ ਪਰਿਵਾਰ ਨੂੰ ਹਨਾ ਪਿੰਡ ਵੱਲੋਂ ਆਪਣੇ ਆਪਣੇ ਇਕੱਠੇ ਕਰਕੇ ਕਿਸੇ ਪ੍ਰਕਾਰ ਦੀਆਂ ਜਿਹੜੀਆਂ ਛੋਟੀਆਂ ਬੱਕਰੀਆਂ ਨੇ ਬੱਚੇ ਨੇ ਜਾਂ ਦੋਸਤ ਨੇ ਹਨਾ ਉਪਲਬਧ ਕਰਾਵਾਂਗੇ ਲੈ ਕੇ ਦੇਵਾਂਗੇ ਹਾਂ ਤਾਂ ਜੋ ਫਿਰ ਬੰਦਾ ਸਟੈਂਡ ਕਰ ਸਕੇ ਗਰੀਬ ਪਰਿਵਾਰ ਹਾਂਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸਰਪੰਚ ਸਾਹਿਬ